ਅੱਤਵਾਦੀ ਮੂਸਾ ਦੇ ਪੰਜਾਬ ਵਿੱਚ ਲੁਕੇ ਹੋਣ ਦੀ ਇੰਟੈਲੀਜੈਂਸ ਵੱਲੋਂ ਰਿਪੋਰਟਾਂ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ। ਜਲੰਧਰ ਦੇ ਗਾਂਧੀ ਨਗਰ, ਕਾਜ਼ੀ ਮੰਡੀ ਅਤੇ ਬਲਦੇਵ ਨਗਰ ਤੋਂ ਇਲਾਵਾ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਪੁਲਿਸ ਵੱਲੋਂ ਸਪੈਸ਼ਲ ਕਮਾਂਡੋ ਦਸਤੇ ਨੂੰ ਨਾਲ ਲੈ ਕੇ ਇਲਾਕੇ ਦੇ ਵਿੱਚ ਮਾਰਚ ਕੱਢਿਆ ਗਿਆ ਅਤੇ ਚੈਕਿੰਗ ਕੀਤੀ ਗਈ ਤਾਂ ਜੋ ਮਾੜੇ ਅਨਸਰਾਂ ਵਿੱਚ ਪੁਲਿਸ ਦੀ ਦਹਿਸ਼ਤ ਪੈਦਾ ਹੋ ਸਕੇ ਅਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਬਚਿਆ ਜਾ ਸਕੇ। ਜਲੰਧਰ ਤੋਂ ਰਵੀ ਗਿੱਲ ਅਤੇ ਜਵੇਸ਼ ਗਿੱਲ ਦੀ ਰਿਪੋਰਟ। ਉਹਦੇ ਬਾਰੇ ਦੱਸ ਦਿਓ। ਅੱਜ ਅਸੀਂ ਇਸ ਕਰਕੇ ਮਹੱਲੇ ਦੇ ਵਿੱਚ ਚੈੱਕ ਕਰ ਰਹੇ ਵੀ ਜਿਹੜੇ ਵੀ ਕੋਈ ਮਾੜਾ ਅਨਸਰ ਜਾਂ ਕੋਈ ਮਹੱਲੇ ਦੀ ਪਬਲਿਕ ਦੀ ਸੇਫਟੀ ਵਾਸਤੇ ਮਹੱਲੇ ਦੇ ਵਿੱਚ ਅਸੀਂ ਗਸ਼ਤ ਕਰ ਰਹੇ ਹਾਂ, ਜਿਹਦੇ ਨਾਲ ਸਾਡੇ ਸਪੈਸ਼ਲ ਕਮਾਂਡੋ ਪਰ ਹੈਗੇ ਆ, ਨਾਲ ਸਾਡੇ SOG ਜਿਹੜੀ ਸਪੈਸ਼ਲ ਜਾਂਦੀ ਆ। ਅੱਜ ਅਸੀਂ ਪਹਿਲਾਂ ਸ਼ੋਭਾ ਯਾਤਰਾ ਸੀ ਔਰ ਸਮਝਾ ਸੀ, ਉਸ ਤੋਂ ਬਾਅਦ ਹੁਣ ਅਸੀਂ ਮਹੱਲਿਆਂ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਮਹੱਲੇ ਦੇ ਵਿੱਚ ਗਸ਼ਤ ਕਰ ਰਹੇ ਹਾਂ, ਨਾ ਜਿਹੜੇ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਚੈਕਿੰਗ ਕਰਦੇ ਏਰੀਏ 'ਚ ਚੈਕਿੰਗ ਕੀਤੀ। ਇਹ ਅੱਜ ਪਹਿਲਾਂ ਅਸੀਂ ਗਾਂਧੀ ਨਗਰ ਕੀਤੀ, ਫਿਰ ਅਸੀਂ ਕਾਜ਼ੀ ਮੰਡੀ ਕੀਤੀ ਆ, ਕਾਜ਼ੀ ਮੰਡੀ ਤੋਂ ਹੁਣ ਅਸੀਂ ਬਲਦੇਵ ਨਗਰ 'ਚ ਖੜ੍ਹੇ ਹਾਂ, ਬਲਦੇਵ ਨਗਰ 'ਚ ਅਸੀਂ ਚੈਕਿੰਗ ਕਰ ਰਹੇ ਹਾਂ ਮਹੱਲੇ ਦੇ। ਸਰ ਇਹ ਚੈਕਿੰਗ ਰੈਗੂਲਰਲੀ ਕੀਤੀ ਜਾ ਰਹੀ ਆ? ਹਾਂ ਰੈਗੂਲਰ ਕਰਾਂਗੇ, ਇਹਨੂੰ ਚੱਲਦੇ ਰੱਖਾਂਗੇ, ਵੱਧ ਤੋਂ ਵੱਧ ਜਿਹੜੀ ਹੈ ਚੈਕਿੰਗ ਕਰਦੇ ਰਹੇ ਹਾਂ। ਠੀਕ ਹੈ, ਠੀਕ ਹੈ। ਬਸ